ਸਿਆਸਤ ਭਖਦੀ ਨਜ਼ਰ ਆ ਰਹੀ ਹੈ। ਆਏ ਦਿਨ ਕੋਈ ਨਾ ਕੋਈ ਵੱਡਾ ਝਟਕਾ ਪਾਰਟੀਆਂ ਨੂੰ ਲੱਗਦਾ ਹੀ ਰਹਿੰਦਾ ਹੈ। ਇਸੇ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਨਗਰ ਕੌਂਸਲ ਖਰੜ ਦੀ ਪ੍ਰਧਾਨ ਅੰਜੂ ਚੰਦਰ 20 ਕੌਂਸਲਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਖਰੜ ਨਗਰ ਕੌਂਸਲ ਦੀ ਪ੍ਰਧਾਨ ਅੰਜੂ ਚੰਦਰ ਨੇ ਕਿਹਾ ਕਿ ਮੈਂ ਕਿਸੇ ਵੀ ਦਬਾਅ ਜਾਂ ਡਰ ਦੇ ਮਾਰੇ ਕਾਂਗਰਸ ਜੁਆਇਨ ਨਹੀਂ ਕੀਤੀ, ਸਗੋਂ ਸ਼ਹਿਰ ਦੀ ਤਰੱਕੀ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਂਗਰਸ ਵਿੱਚ ਆਈ ਹਾਂ ਤਾਂ ਜੋ ਸ਼ਹਿਰ ਦੇ ਅਧੂਰੇ ਕੰਮਾਂ ਨੂੰ ਸਿਰੇ ਚਾੜਿਆ ਜਾ ਸਕੇ। ਦੱਸ ਦਈਏ ਕਿ 2003 ਵਿੱਚ ਵੀ ਅੰਜੂ ਚੰਦਰ ਨੇ ਕਾਂਗਰਸ ਪਾਰਟੀ ਤੋਂ ਚੋਣ ਲੜੀ ਸੀ, ਪਰ ਹੁਣ ਮੁੜ ਤੋਂ ਉਹਨਾਂ ਦੀ ਘਰ ਵਾਪਸੀ ਨੇ ਸਭ ਦੇ ਚਿਹਰਿਆਂ ਤੇ ਖੁਸ਼ੀ ਲਿਆ ਦਿੱਤੀ ਹੈ। ਜੁਆਇਨ ਕਰੀਏ ਨਵੀਂ ਪਾਰਟੀ, ਨਵੀਂ ਜ਼ਿੰਮੇਵਾਰੀ, ਸੀਐਮ ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਦੇ ਅਗਵਾਈ 'ਚ ਕੰਮ ਕਰ ਰਹੇ ਹੋ ਸਰ? ਦੇਖੋ, ਨਵੀਂ ਪਾਰਟੀ ਤਾਂ ਨਹੀਂ ਕਹਿ ਸਕਦੀ ਕਿਉਂਕਿ 2003 'ਚ ਵੀ ਮੈਂ ਇਸੇ ਚੋਣ ਨਿਸ਼ਾਨ 'ਤੇ ਕਾਂਗਰਸ ਦੀ ਇਲੈਕਸ਼ਨ ਲੜੀ ਸੀ ਅਤੇ ਸਮਝੋ ਇੱਕ ਤਰ੍ਹਾਂ ਦੀ ਮੇਰੀ ਘਰ ਵਾਪਸੀ ਹੋਈ ਹੈ ਅਤੇ ਮੈਂ ਇਸ ਨੂੰ ਆਪਣੇ ਸ਼ਹਿਰ ਦੇ ਲਈ ਚੰਗਾ ਸਮਝਦੀ ਹਾਂ ਕਿਉਂਕਿ ਸਰਕਾਰ ਕਾਂਗਰਸ ਦੀ ਹੈ ਅਤੇ ਸ਼ਹਿਰ ਦੇ ਕਈ ਕੰਮ ਵੱਡੇ ਹੋਣ ਵਾਲੇ ਹੈ ਅਤੇ ਸ਼ਹਿਰ ਦੀ ਭਲਾਈ ਕਰਕੇ ਹੀ ਅਸੀਂ ਆਪਣੇ ਘਰ ਵਾਪਸੀ ਕੀਤੀ ਹੈ। ਮੈਮ, ਲੋਕ ਸਭਾ ਤੋਂ ਪਹਿਲਾਂ, ਬਿਲਕੁਲ ਪਹਿਲਾਂ ਤੁਸੀਂ ਸ਼ਾਮਲ ਹੋਏ ਹੋ, ਰਾਜਨੀਤਿਕ ਤੌਰ 'ਤੇ ਵੀ ਦੇਖਿਆ ਜਾ ਰਿਹਾ ਕਿ ਵਿਕਾਸ ਦੇ ਲਈ ਤੁਸੀਂ ਸ਼ਮੂਲੀਅਤ ਹੋਈ ਹੈ ਕਾਂਗਰਸ? ਹਾਂਜੀ, ਵਿਕਾਸ ਆਪਣੇ ਸ਼ਹਿਰ ਦੇ ਜਿਹੜਾ ਥੋੜ੍ਹੇ ਕੰਮ ਰਹਿ ਗਏ ਆ, ਮੈਂ ਉਸ ਤਰ੍ਹਾਂ ਦੀ ਪ੍ਰਧਾਨਗੀ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਕੋਈ ਸ਼ਹਿਰ ਲਈ ਕੋਈ ਵੱਡਾ ਕੰਮ ਨਾ ਕਰ ਸਕੀਏ। ਇਹੀ ਸੋਚ ਕੇ ਅਸੀਂ ਕਾਂਗਰਸ ਹੀ ਚਾਹੇ ਹਾਂ ਕਿ ਸਾਨੂੰ ਕੈਪਟਨ ਸਾਹਿਬ ਤੋਂ ਉਮੀਦਾਂ ਹਨ ਕਿ ਉਹ ਸਾਡੇ ਸ਼ਹਿਰ ਨੂੰ ਇੱਕ ਬੱਸ ਸਟੈਂਡ ਬਣਨ ਵਾਲਾ ਅਤੇ ਕਜੋਲੀ ਵਾਟਰ ਦਾ ਸਾਨੂੰ ਹੈਗਾ ਕਿ ਉਹ ਮਿਲ ਜਾਵੇ ਕਿਉਂਕਿ ਪਾਣੀ ਦੀ ਬੜੀ ਪ੍ਰੋਬਲਮ ਹੈ ਸ਼ਹਿਰ ਵਿੱਚ। ਇਸੀ ਕਰਕੇ ਅਸੀਂ ਇਸ ਪਾਰਟੀ 'ਚ ਆਏ ਹਾਂ। ਮੈਡਮ, ਕੱਲ੍ਹ ਤੱਕ ਅਕਾਲੀ ਦਲ ਦੀ ਵੋਟਾਂ ਮੰਗੀਆਂ ਸੀ, ਅੱਜ ਕਾਂਗਰਸ ਲਈ ਮੰਗੂਗੇ, ਕਿੱਦਾਂ ਲੱਗੂਗਾ? ਨਹੀਂ ਦੇਖੋ, ਸ਼ਹਿਰ ਦੀ ਭਲਾਈ ਲਈ ਕਈ ਸਾਨੂੰ ਵਿਚਾਰ ਕਰਨੇ ਪੈਂਦੇ, ਕਈ ਡਿਸੀਜ਼ਨ ਲੈਣੇ ਪੈ ਜਾਂਦੇ ਆ ਅਤੇ ਬਸ ਇਹੀ ਹੁਣ ਅੱਗੇ ਤਾਂ ਕਹਿ ਨਹੀਂ ਸਕਦੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿੱਤ ਹੋਵੇ ਕਾਂਗਰਸ ਦੀ ਅਤੇ ਅਸੀਂ ਤਾਂ ਕਿ ਸ਼ਹਿਰ ਦਾ ਹੋਰ ਵੱਡਾ ਵਿਕਾਸ ਕਰ ਸਕੀਏ। ਨਹੀਂ, ਕੋਈ ਇੱਦਾਂ ਦੀ ਕੋਈ ਗੱਲ ਨਹੀਂ, ਨਹੀਂ ਕੋਈ ਪ੍ਰੈਸ਼ਰਾਈਜ਼ ਨਹੀਂ ਸੀਗੇ। ਅਸੀਂ ਆਪਣੇ ਸ਼ਹਿਰ ਦੇ ਕੰਮਾਂ ਵਾਸਤੇ ਹੀ, ਮੈਨੂੰ ਇਹ ਸੀਗਾ ਵੀ ਪਹਿਲ ਸ਼ਹਿਰ ਨੂੰ ਦਿੱਤੀ ਜਾਵੇ। ਉੱਦਾਂ ਪ੍ਰਧਾਨਗੀ 'ਤੇ ਬੈਠੇ ਹਾਂ, 4 ਸਾਲ ਨਿਕਲ ਗਏ ਹਾਂ ਅਤੇ ਕੰਮ ਕੋਈ ਇਸ ਤਰ੍ਹਾਂ ਦਾ ਹੋ ਨਹੀਂ ਸਕਿਆ। ਇਸ ਕਰਕੇ ਸੀਗਾ ਕਿ ਜਿਹੜਾ ਰਹਿ ਗਿਆ ਟਾਈਮ ਅਤੇ ਅਸੀਂ ਕੋਈ ਵੱਡਾ ਪ੍ਰੋਜੈਕਟ ਲਿਆ। ਤੁਹਾਡਾ ਕਹਿਣ ਦਾ ਮਤਲਬ ਵੀ 4 ਸਾਲ ਹੋ ਗਏ ਕਾਂਗਰਸ ਸਰਕਾਰ ਦੇ, 2.5 ਸਾਲ ਵਿੱਚ ਤੁਹਾਡਾ ਕੰਮ ਇਸ ਲਈ ਨਹੀਂ ਹੋ ਰਿਹਾ ਸੀ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਸੀਗੇ? ਕੁਛ ਵੀ ਕਹਿ ਲਓ, ਕਿਉਂਕਿ ਸਰਕਾਰ ਜਦੋਂ ਆਉਂਦੀ ਹੈ ਤਾਂ ਫਿਰ ਉਹ ਆਪਣੇ ਬੰਦਿਆਂ ਦੀ ਕੰਮ ਕਰਵਾਉਂਦੀ ਹੈ ਅਤੇ ਹੁਣ ਉੱਧਰ ਸਾਡਾ ਕੁਛ ਨਹੀਂ ਸੀ ਹੋ ਰਿਹਾ ਕੰਮ, ਪ੍ਰੋਜੈਕਟ ਜਿਹੜੇ ਆਉਣੇ ਉਹ ਸਰਕਾਰ ਹੀ ਲਿਆ ਸਕਦੀ ਹੈ ਅਤੇ ਇਹੀ ਸੋਚ ਕੇ ਨਹੀਂ, ਕੁਰਸੀ ਨੂੰ ਕੋਈ ਉਹ ਨਹੀਂ ਹੈ, ਮੈਂ ਹੁਣ ਵੀ ਛੱਡਣ ਨੂੰ ਤਿਆਰ ਹਾਂ ਕੁਰਸੀ, ਪ੍ਰਧਾਨਗੀ ਦਾ ਸਾਨੂੰ ਕੋਈ ਇੱਦਾਂ ਦਾ ਨਹੀਂ ਸੀਗਾ। ਜੇ ਪਰਮਾਤਮਾ ਨੇ ਸ਼ਹਿਰ ਦੇ ਲਈ ਸਾਨੂੰ ਇਹ ਦਿੱਤਾ ਮੌਕਾ ਤਾਂ ਸ਼ਹਿਰ ਦੇ ਕੰਮ ਕਰਨ ਲਈ ਮੈਂ ਹਮੇਸ਼ਾ ਅੱਗੇ ਰਹਿੰਦੀ ਹਾਂ। ਧੰਨਵਾਦ ਮੈਮ। ਇਸ ਮੌਕੇ ਉਹਨਾਂ ਨੂੰ ਕਾਂਗਰਸ ਪਾਰਟੀ ਵਿੱਚ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਲਈ ਚੋਣ ਲੜ ਰਹੇ ਮਨੀਸ਼ ਤਿਵਾੜੀ ਵੱਲੋਂ ਸਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੇ ਕਿਹਾ ਕਿ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ। ਇੱਦਾਂ ਕਿ ਖਰੜ ਦੇ ਵਿੱਚ ਟੋਟਲ 27 ਮਿਊਨਿਸਪਲ ਕਮੇਟੀ ਦੇ ਮੈਂਬਰ ਹੈ, ਉਹਨਾਂ 'ਚੋਂ 20 ਮੈਂਬਰ ਹੈ ਜਿਹੜੇ ਅਕਾਲੀ ਦਲ ਦੇ ਸੀਗੇ ਸਮੇਤ ਮਿਊਨਿਸਪਲ ਕਮੇਟੀ ਦੇ ਪ੍ਰਧਾਨ, ਉਹ ਕਾਂਗਰਸ ਪਾਰਟੀ ਜੁਆਇਨ ਕਰ ਗਏ ਹੈ। ਅਤੇ ਇਸੇ ਤਰ੍ਹਾਂ MLA ਸੰਧੋਆ ਜੀ ਜਿਹੜੇ ਕਿ ਆਮ ਆਦਮੀ ਪਾਰਟੀ 'ਚੋਂ ਸੀ, ਉਹ ਕਾਂਗਰਸ ਪਾਰਟੀ ਜੁਆਇਨ ਕਰ ਗਏ। ਇਹ ਜਿਹੜੇ ਖਰੜ ਦੇ ਪ੍ਰਧਾਨ ਸੀ ਇਹ ਅਕਾਲੀ ਦਲ ਦੇ ਸੀਗੇ ਸਾਰੇ 20 ਦੇ 20 ਮੈਂਬਰ। ਇਸੇ ਤਰ੍ਹਾਂ ਮਰਿੰਡੇ ਦੇ ਵਿੱਚ, ਚਮਕੌਰ ਸਾਹਿਬ ਦੇ ਵਿੱਚ, ਸਾਡਾ ਮੋਹਾਲੀ ਅਤੇ ਰੋਪੜ ਜ਼ਿਲ੍ਹਾ ਹੈ ਇਹਦੇ 'ਚ ਟੋਟਲ ਅਕਾਲੀ ਦਲ ਦਾ ਜਿਹੜਾ ਸਫਾਇਆ ਹੋ ਗਿਆ। ਅਸਲ ਦੇ ਵਿੱਚ ਇੱਥੇ ਐਂਟੀ ਚੰਦੂ ਮਾਜਰਾ ਵੇਵ ਵੀ ਹੈ ਕਿ ਚੰਦੂ ਮਾਜਰੇ ਨੇ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ, ਉਹ ਕਦੇ ਆਇਆ ਨਹੀਂ, ਲੋਕਾਂ ਦੀ ਕੋਈ ਸੁਣਵਾਈ ਨਹੀਂ ਕੀਤੀ,
ਕਿਸੇ ਤਰ੍ਹਾਂ ਦੇ ਕੋਈ ਕੰਮ ਨਹੀਂ ਹੋਏ ਲੋਕਾਂ ਦੇ। ਉਹਨਾਂ ਦੀ ਸਰਕਾਰ ਉੱਪਰ ਵੀ ਰਹੀ ਹੈ, ਉਹਨਾਂ ਦੀ ਸਰਕਾਰ ਥੱਲੇ ਵੀ ਰਹੀ ਹੈ। ਅਕਾਲੀ ਦਲ 'ਤੇ ਬਹੁਤ ਜ਼ਿਆਦਾ ਅਸਰ ਹੈ ਬਰਗਾੜੀ ਕਾਂਡ ਦਾ ਅਤੇ ਜਿਹੜਾ ਉਹਨਾਂ ਨੇ। ਸਰ, ਅੱਜ ਨਗਰ ਕੌਂਸਲ ਦੇ ਪ੍ਰਧਾਨ ਰਕੁਸ਼ ਐਮਸੀ ਜਿਹੜੇ ਆ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਨੇ, ਕੀ ਕਹਿਣਾ ਚਾਹੁੰਦੇ ਹੋ ਜੀ? ਦੇਖੋ, ਇੱਦਾਂ ਹੈ ਕਿ ਪੂਰੇ ਹਲਕੇ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਕਾਂਗਰਸ ਪਾਰਟੀ ਵੱਲ ਆ ਰਹੇ ਨੇ, ਕਾਂਗਰਸ ਪਾਰਟੀ ਸ਼ਾਮਿਲ ਹੋ ਰਹੇ ਨੇ। ਕੱਲ੍ਹ ਆਪ ਦੇ ਜਿਹੜੇ ਰੋਪੜ ਤੋਂ MLA ਸੀਗੇ ਉਹ ਪਾਰਟੀ ਸ਼ਾਮਿਲ ਹੋਏ ਨੇ, ਕੱਲ੍ਹ ਸ਼ਾਮੀ ਮੋਹਾਲੀ ਦੇ ਕੁਛ MC ਸ਼ਾਮਿਲ ਹੋਏ ਨੇ, ਅੱਜ ਖਰੜ ਦੇ ਸਾਡੇ MC ਸਾਹਿਬਾਨ ਔਰ ਨਗਰ ਕੌਂਸਲ ਦੇ ਪ੍ਰਧਾਨ ਸਾਹਿਬਾਨ ਸ਼ਾਮਿਲ ਹੋਏ ਨੇ। ਤੋ ਇੱਕ ਪੂਰੇ ਹਲਕੇ ਦੇ ਵਿੱਚ ਇੱਕ ਲਹਿਰ ਬਣੀ ਹੋਈ ਹੈ ਔਰ ਵੱਡੀ ਤਾਦਾਦ ਦੇ ਵਿੱਚ ਵੱਡੇ ਪੱਧਰ 'ਤੇ ਲੋਕ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਸ਼ਾਮਿਲ ਹੋ ਰਹੇ। ਅਕਾਲੀ ਦਲ ਦਾ ਬਿਆਨ ਆਇਆ ਸਰ ਅੱਜ ਵੀ ਜਿਹੜੇ ਨਗਰ ਕੌਂਸਲ ਦੇ MC ਜਾਂ ਪ੍ਰਧਾਨ ਸ਼ਾਮਿਲ ਹੋ ਰਹੇ, ਡਰਾ ਧਮਕਾ ਕੇ ਸ਼ਾਮਿਲ ਕੀਤਾ ਜਾ ਰਿਹਾ। ਤੁਸੀਂ ਉਹਨਾਂ ਨੂੰ ਕਿਉਂ ਨਹੀਂ ਪੁੱਛ ਲੈਂਦੇ ਕਿ ਉਹਨਾਂ ਨੂੰ ਅਸੀਂ ਕਿੰਨਾ ਡਰਾ ਰਹੇ ਹਾਂ, ਕਿੰਨਾ ਧਮਕਾ ਰਹੇ ਹਾਂ? ਇਹਦਾ ਜਵਾਬ ਉਹ ਬਿਹਤਰ ਦੇ ਸਕਦੇ। ਇੱਕ ਮਿੰਟ ਅਸੀਂ